ਆ ਸਾਹਮਣੇ ਬੱਸ ਸਟੈਂਡ, ਬੱਸ ਸਟੈਂਡ ਤੋਂ ਬਾਹਰ ਨਿਕਲ ਕੇ ਆਉਂਦਾ ਸਾਹਮਣੇ ਚੌਂਕ, ਇਹ ਚੌਂਕ ਤੋਂ ਖੱਬੇ ਪਾਸੇ ਨੂੰ ਜਾਣਾ ਆ। ਖੱਬੇ ਪਾਸੇ ਨੂੰ ਜਾ ਕੇ ਫਿਰ ਵਿਵੇਕਾਨੰਦ ਚੌਂਕ ਆਉਂਦਾ ਆ। ਵਿਵੇਕਾਨੰਦ ਚੌਂਕ ਦੇ ਨਾਲ ਬਿਲਕੁਲ ਨਾਲ ਆ ਜੀ ਅਗਰਵਾਲ ਧਰਮਸ਼ਾਲਾ। ਤੁਸੀਂ ਬੱਸ ਸਟੈਂਡ ਤੋਂ ਵਿਵੇਕਾਨੰਦ ਚੌਂਕ ਕਿਸੇ ਨੂੰ ਵੀ ਪੁੱਛ ਕੇ ਆ ਸਕਦੇ ਹੋ। ਉਸ ਸਾਈਡ ਤੁਸੀਂ ਦੇਖ ਸਕਦੇ ਹੋ ਵਿਵੇਕਾਨੰਦ ਚੌਂਕ ਹੈ ਉਸ ਦਰਖਤ ਦੇ ਕੋਲ, ਤੇ ਇੱਧਰ ਆ ਕੇ ਤੁਹਾਨੂੰ ਦਿਖੇਗੀ ਅਗਰਵਾਲ ਧਰਮਸ਼ਾਲਾ ਜੰਮੂ। ਐਡਰੈਸ ਅਸੀਂ ਇਹਦਾ ਪਤਾ ਆ ਡਿਸਕ੍ਰਿਪਸ਼ਨ ਦੇ ਵਿੱਚ ਜੀ, ਅਤੇ ਫੋਟੋ ਵੀ ਪਾਵਾਂਗੇ ਅਸੀਂ, ਅਤੇ ਫੋਨ ਕਰਕੇ ਵੀ ਤੁਸੀਂ ਆਸਾਨੀ ਨਾਲ ਇਸ ਧਰਮਸ਼ਾਲਾ ਦੇ ਵਿੱਚ ਪਹੁੰਚ ਸਕਦੇ ਹੋ ਜੀ। ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਈ ਸਤਿ ਸ਼੍ਰੀ ਅਕਾਲ। ਮੈਂ ਤੁਹਾਡਾ ਆਪਣਾ ਸਪਤ ਸਿੰਘ, ਮੈਂ ਪ੍ਰਿੰਸ ਦੀ ਜੀ, ਤੁਹਾਡਾ ਸਾਰਿਆਂ ਦਾ ਪ੍ਰਿੰਸ ਪੰਜਾਬੀ ਟਰੈਵਲਰ ਚੈਨਲ ਤੇ ਸਵਾਗਤ ਕਰਦੇ ਆ। ਅੱਜ ਅਸੀਂ ਜਿਹੜੀ ਤੁਹਾਨੂੰ ਧਰਮਸ਼ਾਲਾ ਦਿਖਾਉਣ ਲੱਗੇ ਆ ਅਗਰਵਾਲ ਧਰਮਸ਼ਾਲਾ ਜੀ, ਇਹ ਮੈਂ ਉਰੇ ਤਕਰੀਬਨ ਜੀ ਅੱਜ 20 ਸਾਲ ਬਾਅਦ ਆਇਆ ਆ। 2002-03 ਦੇ ਵਿੱਚ ਅਸੀਂ ਆਏ ਸੀ ਉਰੇ। ਮੈਂ ਉਦੋਂ ਸਰਵੇ ਕੰਪਨੀ ਦੇ ਵਿੱਚ ਕੰਮ ਕਰਦਾ ਹੁੰਦਾ ਸੀ, ਉਦੋਂ ਅਸੀਂ ਇਸ ਧਰਮਸ਼ਾਲਾ ਦੇ ਵਿੱਚ ਰੁਕਦੇ ਹੁੰਦੇ ਸੀ। ਤੁਹਾਨੂੰ ਪਤਾ ਹੁਣ ਆਪਾਂ ਜੰਮੂ ਨੂੰ ਵਿਜ਼ਿਟ ਕਰਨ ਆਏ ਹੋਏ ਹਾਂ, ਘੁੰਮਣ ਆਏ ਹੋਏ ਹਾਂ, ਅਤੇ ਮੈਂ ਕਿਹਾ ਵੀ ਅੱਜ ਯਾਰ ਆਪਾਂ ਧਰਮਸ਼ਾਲਾ ਇਹ ਅਗਰਵਾਲ ਧਰਮਸ਼ਾਲਾ ਜ਼ਰੂਰ ਦੇਖ ਕੇ ਜਾਣੀ ਆ, ਇਸ ਲਈ ਅਸੀਂ ਅੱਜ ਇਸ ਧਰਮਸ਼ਾਲਾ ਵਿੱਚ ਆਏ ਹਾਂ ਜੀ। ਆ ਜਾਓ ਆਪਾਂ ਇਸ ਨੂੰ ਐਕਸਪਲੋਰ ਕਰਦੇ ਹਾਂ। ਇਹ ਲੱਗੀ ਹੋਈ ਆ ਰੇਟ ਲਿਸਟ ਜੀ, ਉਰੋਂ ਤੁਸੀਂ ਪੜ੍ਹ ਸਕਦੇ ਹੋ, ਅਤੇ ਕਮਰਾ ਵਗੈਰਾ ਲੈਣਾ ਆ ਉਹ ਤੁਸੀਂ ਉਰੋਂ ਲੈ ਸਕਦੇ ਹੋ। ਸੌਖੇ ਕਮਰੇ ਉਰੋਂ ਮਿਲ ਜਾਂਦੇ ਨੇ ਜੀ। ਕਦੇ ਵੀ ਤੁਸੀਂ ਜੰਮੂ ਸ਼ਹਿਰ ਦੇ ਵਿੱਚ ਆਉਂਦੇ ਹੋ ਤਾਂ ਅਗਰਵਾਲ ਧਰਮਸ਼ਾਲਾ ਨੂੰ ਜ਼ਰੂਰ ਤਰਜੀਹ ਦਿਆ ਕਰੋ ਜੀ। ਬਹੁਤ ਨਾਈਸ ਬੰਦੇ ਨੇ, ਜਾਣੀ ਅਸੀਂ 20 ਸਾਲ ਪਹਿਲਾਂ ਇਹਨਾਂ ਬੰਦਿਆਂ ਨਾਲ ਵਰਤੇ ਸੀ, ਅੱਜ ਵੀ ਬੰਦੇ ਬਹੁਤ ਵਧੀਆ ਨੇ ਜੀ ਇਹ। ਹੁਣ ਤੁਹਾਨੂੰ ਇਸ ਵੀਡੀਓ ਦੇ ਵਿੱਚ ਅਸੀਂ ਡੋਰਮੈਟਰੀ ਦੇ ਡਬਲ ਬੈੱਡ ਏਸੀ ਰੂਮ ਜੋ ਕਿ 700 ਰੁਪਏ ਜਿਹਦਾ ਫੇਅਰ ਹੈ ਉਹ ਤੁਹਾਨੂੰ ਦਿਖਾਵਾਂਗੇ। ਇੱਥੇ ਕੈਂਟੀਨ ਵੀ ਬਣੀ ਹੋਈ ਹੈ ਜਿੱਥੇ ਅਸੀਂ ਅਗਰ ਕੁਛ ਖਾਣਾ ਹੋਵੇ ਬ੍ਰੇਕਫਾਸਟ ਲੰਚ ਜਾਂ ਡਿਨਰ ਅਸੀਂ ਖਾ ਸਕਦੇ। ਯਹਾਂ ਪਰ ਮੈਰਿਜ ਹਾਲ ਵੀ ਬਣਾ ਹੁਆ ਹੈ, ਆਪ ਦੇਖ ਸਕਤੇ ਹੈ ਕਾਫੀ ਬੜਾ ਇਹ ਹਾਲ ਹੈ ਐਂਡ ਬਹੁਤ ਹੀ ਅੱਛੇ ਜੈਨੂਇਨ ਪ੍ਰਾਈਸ ਪੇ ਆਪਕੋ ਇਹ ਅਵੇਲੇਬਲ ਹੋ ਜਾਤਾ ਹੈ। ਆਈਏ ਚਲਤੇ ਹੈ ਰੂਮਸ ਕੋ ਦੇਖਤੇ ਹੈ। ਸ਼੍ਰੀ ਬਾਲਾ ਜੀ, ਇਹ ਆਪ ਭੋਜਨਾਲਯ ਦੇਖ ਸਕਤੇ ਹੈ ਜੈਸੇ ਕਿ ਮੈਨੇ ਆਪਕੋ ਬਤਾਇਆ ਥਾ। ਯਹਾਂ ਪਰ ਆਪ ਲੰਚ ਡਿਨਰ ਔਰ ਬ੍ਰੇਕਫਾਸਟ ਕੋ ਅਵੇਲ ਕਰ ਸਕਤੇ ਹੈ। ਯਹਾਂ ਪਰ ਕਾਫੀ ਅੱਛਾ ਸਿਟਿੰਗ ਏਰੀਆ ਬਣਾ ਹੁਆ ਹੈ ਔਰ ਸਾਹਮਣੇ ਆਪ ਦੇਖ ਸਕਤੇ ਹੈ ਰੋਡ। ਉੱਪਰ ਕੀ ਔਰ ਚਲਤੇ ਹੈ, ਇਹ ਹੈ ਡੋਰਮੈਟਰੀ ਰੂਮਸ। ਯਹਾਂ ਕੇ ਪ੍ਰਾਈਸ ਆਪਨੇ ਦੇਖ ਲਿਆ ਹੋਗਾ, ਵੈਸੇ ਮੈਂ ਆਪਕੋ ਇੱਕ ਵਾਰ ਬਤਾ ਦੇਤਾ ਹੂੰ ਕਨਫਰਮ ਕਰਕੇ। ਇਹ ਰੂਮ 700 ਰੁਪਏ ਵਾਲਾ ਏਸੀ, ਇਹ 2 ਬੈਡ ਏਸੀ ਰੂਮ ਹੈ ਸਿਰਫ 700 ਰੁਪੀਸ ਮੈਂ। ਰੂਮ ਦੇ ਵਿੱਚ ਨਾ ਸਫਾਈ ਚੱਲ ਰਹੀ ਆ, ਜਣੀ ਰਾਤ ਕੋਈ ਰਿਹਾ ਹੋਣਾ ਉਹਨੂੰ ਛੱਡ ਕੇ ਗਿਆ ਹੋਣਾ ਰੂਮ। ਅਤੇ ਇਹ ਰੂਮ ਆ 900 ਰੁਪਏ ਦਾ ਜੀ, ਏਸੀ ਰੂਮ ਆ, 3 ਬੈੱਡ ਲੱਗੇ ਆ, ਅਟੈਚ ਬਾਥਰੂਮ ਆ ਜੀ। ਬਾਕੀ ਗੱਲ ਇਹ ਆ ਵੀ ਇੱਕ ਇਹ ਸੰਸਥਾ ਚਲਾ ਰਹੀ ਆ ਜੀ, ਅਤੇ ਨੇਚਰ ਬਹੁਤ ਵਧੀਆ ਬੰਦਿਆਂ ਦਾ ਇਹਨਾਂ ਦਾ, ਅਤੇ ਜ਼ਰੂਰ ਵਿਜ਼ਿਟ ਕਰਿਓ ਜ਼ਰੂਰ ਜਦੋਂ ਤੁਸੀਂ ਆਉਂਦੇ ਹੋ ਇਸ ਜੰਮੂ ਸ਼ਹਿਰ ਨੂੰ ਘੁੰਮਣ। ਤੁਹਾਨੂੰ ਡੋਰਮੈਟਰੀ ਵੀ ਦਿਖਾਉਂਦੇ ਹੋ 100 ਰੁਪਏ ਬੈੱਡ ਵਾਲੀ ਜੀ, ਆ ਜਾਓ ਵੀ ਆਪਾਂ ਦੇਖਦੇ ਹਾਂ। ਇਹ ਤੁਸੀਂ ਦੇਖ ਸਕਦੇ ਹੋ ਡੋਰਮੈਟਰੀ ਰੂਮ ਜਿਹਦਾ ਫੇਅਰ 100 ਰੁਪੀਸ ਪਰ ਬੈੱਡ ਹੈ। ਇਹ ਭਾਈ ਸਾਹਿਬ ਉਰੇ ਰੁਕੇ ਹੋਏ ਨੇ ਜੀ ਇਸ ਧਰਮਸ਼ਾਲਾ ਦੇ ਵਿੱਚ, ਕਿੱਦਾਂ ਦਾ ਲੱਗ ਰਿਹਾ ਤੁਹਾਨੂੰ ਉਰੇ? ਠੀਕ ਆ ਜੀ। ਮੈਨੂੰ ਕਿੰਨਾ ਦਿਨ ਸਾਇਆ ਹੋਇਆ? ਹਾਂਜੀ ਜੀ, 500 ਸੌ। ਕੋਈ ਪਰੇਸ਼ਾਨੀ ਤਾਂ ਨਹੀਂ ਹੈ? ਇਹ ਬੰਦੇ ਸਹੀ ਹੈ? ਇਹ ਦੇਖੋ ਜੀ ਬੰਦੇ ਲਾਈਵ ਆ ਆਪਣੇ, ਆਪਾਂ ਐਵੇਂ ਗੱਲ ਬਣਾ ਕੇ ਕਰੀਏ ਹੈ ਨਾ, ਇਹ ਬੰਦੇ ਲਾਈਵ ਨੇ। 5 ਦਿਨ ਹੋ ਗਏ ਨਾ ਬੰਦਿਆਂ ਨੂੰ ਉਰੇ ਆਏ ਹੋਇਆਂ ਨੂੰ, 100 ਰੁਪਏ ਬੈੱਡ ਲਿਆ ਹੋਇਆ ਜੀ, ਅਤੇ ਬਹੁਤ ਖੁਸ਼ ਨੇ ਬੰਦੇ, ਇਹ ਬਹੁਤ ਵਧੀਆ ਨੇ ਜੀ। ਜਿਹੜੀ ਬੈੱਡਾਂ ਦੀ ਕੋਈ ਕਮੀ ਨਹੀਂ, ਦੇਖੋ ਤੁਸੀਂ ਕਿੰਨੇ ਬੈੱਡ ਲੱਗੇ ਹੋਏ ਨੇ। ਜਿਹੜੀ ਪੂਰਾ ਪਰਿਵਾਰ 25-30 ਬੰਦੇ ਵੀ ਆਪਾਂ ਆਉਂਦੇ ਹਾਂ ਤਾਂ ਇਸ ਜਗ੍ਹਾ 50 ਬੰਦੇ 60 ਬੰਦੇ ਇਸ ਜਗ੍ਹਾ ਰੁਕ ਸਕਦੇ ਹਾਂ ਜੀ। 100 ਰੁਪਏ ਬੈੱਡ ਕੋਈ ਬਹੁਤ ਜ਼ਿਆਦਾ ਨਹੀਂ ਹੈਗਾ। ਭੋਜਨਾਲੇ ਦੇ ਵਿੱਚ ਇੱਥੇ ਜਿਹੜਾ ਫੂਡ ਹੈ ਉਹ ਪ੍ਰਿਪੇਅਰ ਹੁੰਦਾ ਜੀ,
लंच है उसमें 70 रुपया थाली है, उसमें चावल है, चार रोटी है, दाल है, चावल है, दाल सब्जी अचार दही मेल का ले आ जी। ये अपना प्यार जड़िया चीजा बनाने उदे विच पाउंदे ने जी, पूरी ईमानदारी नाल थोड़े सामने बनाउंदे ने, जो भी बनाउंदे ने कोई लुक छिप के कम वाला नहीं हैगा। दोबारा फिर मैं यही गल कहना चाहुंदा आ, जदों कदे भी जम्मू च तुसी आमो विजिट करो तां अग्रवाल धर्मशाला नूं जरूर तरजीह दिया करो। एक सोसाइटी चलाउंदी आ, उहनां दा साथ दिया करो तां जो उह होर वी इहनूं डिवेलप कर सकण जी। इक मैं तुहानूं गल उहदे होर कहणी चाहुंदा आ, ਅਸੀਂ ਆਏ ਹਾਂ ਹੁਣ ਇਹ ਧਰਮਸ਼ਾਲਾ ਦੇ ਵਿੱਚ ਵਿਜ਼ਿਟ ਕੀਤੀ ਆ, ਹੈ ਨਾ, ਜਿਹੜੀ ਤੁਸੀਂ ਯਕੀਨ ਮੰਨਿਓ ਜਿਵੇਂ ਅਸੀਂ ਇਹਨਾਂ ਦੇ ਪਰਿਵਾਰਕ ਮੈਂਬਰ ਹੁੰਦੇ ਹਾਂ, ਇਸ ਤਰ੍ਹਾਂ ਇਹ ਬੰਦਿਆਂ ਨੇ ਅੱਜ 20 ਸਾਲ ਬਾਅਦ ਸਾਡਾ ਫਿਰ ਉਵੇਂ ਹੀ ਸਤਿਕਾਰ ਕੀਤਾ ਆ। ਅਸੀਂ ਬੈਠੇ ਹਾਂ ਜੀ ਇਸ ਜਗ੍ਹਾ ਦੇ ਉੱਤੇ, ਜਿਹੜੀ ਆਪਣਾਪਨ ਮਹਿਸੂਸ ਹੁੰਦਾ ਆ ਇਸ ਜਗ੍ਹਾ ਦੇ ਉੱਤੇ ਆ ਕੇ ਜੀ। ਅਤੇ ਇਹ ਕਹਿੰਦੇ ਨੇ ਵੀ ਚਾਹ ਪਾਣੀ ਪੀ ਕੇ ਜਾਣਾ, ਤੁਸੀਂ ਬਿਨਾਂ ਚਾਹ ਪਾਣੀ ਪੀਤੇ ਬਗੈਰ ਵੀ ਸਰਦਾਰ ਜੀ ਤੁਸੀਂ ਜਾਣਾ ਨਹੀਂ ਹੈਗਾ। ਮੈਂ ਕਿਹਾ ਕੋਈ ਨਾ, ਤੁਹਾਡਾ ਕਿਹਾ ਸਿਰ ਮੱਥੇ ਚਾਹ ਪੀਣ ਲੱਗਿਆ ਬੈਠੇ ਆ ਨਾ ਬੰਦਿਆਂ ਦੇ ਕੋਲ ਜੀ। ਦੁਬਾਰਾ ਤੋਂ ਫਿਰ ਉਹੀ ਗੱਲ ਜੀ, ਆਓ ਜੰਮੂ ਸ਼ਹਿਰ ਦੇ ਵਿੱਚ, ਜ਼ਰੂਰ ਵਿਜ਼ਿਟ ਕਰਿਓ ਇਸ ਅਗਰਵਾਲ ਧਰਮਸ਼ਾਲਾ ਦੇ ਵਿੱਚ ਜੀ। ਇਹ ਇਸ ਜਗ੍ਹਾ ਜੀ, ਇਸ ਧਰਮਸ਼ਾਲਾ ਦੇ ਵਿੱਚ ਦਰੀ ਸਿਸਟਮ, ਇਹ 10 ਰੁਪਈਏ ਦੇ ਵਿੱਚ ਦਿੰਦੇ ਨੇ, ਇਹ ਲੱਕੜ ਦੀਆਂ ਅਲਮਾਰੀਆਂ ਨੇ ਜੀ, ਇਹ ਉਸ ਵੇਲੇ ਦੀਆਂ ਨੇ ਜਦੋਂ 20 ਸਾਲ ਪਹਿਲਾਂ ਅਸੀਂ ਆਏ ਸੀਗੇ, ਉਸੇ ਤਰ੍ਹਾਂ ਅਲਮਾਰੀਆਂ ਨੇ ਇਹ। ਇਹਦੇ ਵਿੱਚ ਆਪਣਾ ਤੁਸੀਂ ਸਮਾਨ ਰੱਖ ਸਕਦੇ ਹੋ ਅਤੇ ਫਿਰ ਤੁਸੀਂ ਵਿਜ਼ਿਟ ਕਰ ਸਕਦੇ ਹੋ, ਘੁੰਮ ਸਕਦੇ ਹੋ। ਅਤੇ ਇਹ ਥੱਲੇ ਪੈਣਾ ਪੈਂਦਾ ਆ, ਦਰੀ ਵਿਛੀ ਹੁੰਦੀ ਆ, 10 ਰੁਪਈਏ ਪਰ ਪਰਸਨ ਆ ਜੀ। ਅੱਜ ਵੀ 10 ਰੁਪਏ ਪਰ ਪਰਸਨ ਆ ਅਤੇ 20 ਸਾਲ ਪਹਿਲਾਂ ਵੀ 10 ਰੁਪਏ ਪਰ ਪਰਸਨ ਹੀ ਸੀਗਾ ਜੀ ਇਹਨਾਂ ਦਾ ਰੇਟ। ਜ਼ਰੂਰ ਵਿਜ਼ਿਟ ਕਰੋ ਇਸ ਧਰਮਸ਼ਾਲਾ ਦੇ ਵਿੱਚ ਜੀ। ਇੱਕ ਗੱਲ ਦੇਖੋ ਤੁਸੀਂ, ਧਰਮਸ਼ਾਲਾ ਦੇ ਬਾਥਰੂਮ ਵੀ ਕਿੰਨੇ ਸੋਹਣੇ ਬਣੇ ਹੋਏ ਨੇ, ਦੇਖੋ ਟਾਈਲਾਂ ਲੱਗੀਆਂ ਹੋਈਆਂ ਨੇ, ਇੱਕਦਮ ਚਮਚਮਾਉਂਦੇ, ਦੇਖੋ ਤੁਸੀਂ ਕਿੰਨੇ ਸੋਹਣੇ ਬਾਥਰੂਮ ਨੇ। ਇਹ ਸਾਡੇ ਭਾਈ ਸਾਹਿਬ ਨੇ ਜੀ, ਆਹਾਂ ਇਹਨਾਂ ਨੂੰ ਤਕਰੀਬਨ 28 ਸਾਲ ਹੋ ਗਏ ਜੀ ਇਸ ਅਗਰਵਾਲ ਧਰਮਸ਼ਾਲਾ ਦੇ ਵਿੱਚ ਸੇਵਾਵਾਂ ਦਿੰਦਿਆਂ ਨੂੰ ਜੀ। ਅਤੇ ਦੇਖੋ ਬੰਦਿਆਂ ਦੇ ਜੇ ਵਧੀਆ ਨੇ ਬੰਦੇ ਤਾਂ ਹੀ ਇਸ ਜਗ੍ਹਾ ਬੈਠੇ ਨੇ ਜੀ ਇਹ। ਇਹ ਜਿਹੜਾ ਤੁਸੀਂ ਸਾਹਮਣੇ ਦੇਖ ਰਹੇ ਹੋ ਨਾ, ਇਹ ਸਟਾਫ ਆ ਜੀ ਇਸ ਧਰਮਸ਼ਾਲਾ ਦਾ, ਇਹ ਬੰਦਿਆਂ ਨੂੰ 28 ਸਾਲ ਹੋ ਗਏ ਇਸ ਧਰਮਸ਼ਾਲਾ ਦੇ ਵਿੱਚ ਸੇਵਾਵਾਂ ਦਿੰਦਿਆਂ ਨੂੰ। ਤੁਸੀਂ ਯਕੀਨ ਮੰਨਿਓ ਜਿਵੇਂ ਅਸੀਂ 20 ਸਾਲ ਪਹਿਲਾਂ ਆਏ ਸੀਗੇ, ਜਿਸ ਤਰ੍ਹਾਂ ਵਰਤਾਰਾ ਸਾਡੇ ਨਾਲ ਉਦੋਂ ਕੀਤਾ ਸੀ, ਅੱਜ ਵੀ ਉਸੇ ਤਰ੍ਹਾਂ ਕੀਤਾ ਆ। ਬਹੁਤ ਨਾਈਸ ਬੰਦੇ ਨੇ ਜੀ ਇਹ, ਬਹੁਤ ਵਧੀਆ ਬੰਦੇ ਨੇ, ਅਤੇ 28 ਸਾਲ ਤੋਂ ਆਪਣੀਆਂ ਸੇਵਾਵਾਂ ਦੇ ਰਹੇ ਨੇ ਇਸ ਧਰਮਸ਼ਾਲਾ ਦੇ ਅੰਦਰ ਜੀ। ਪੂਰੇ ਇਮਾਨਦਾਰ ਅਤੇ ਵਧੀਆ ਬੰਦੇ ਨੇ ਜੀ ਇਹ। ਜਦੋਂ ਵੀ ਤੁਸੀਂ ਆਉਣਾ ਤਾਂ ਇਹਨਾਂ ਨਾਲ ਸੰਪਰਕ ਤੁਸੀਂ ਕਰ ਸਕਦੇ ਹੋ, ਫੋਨ ਦੇ ਉੱਤੇ ਵੀ ਕਰ ਸਕਦੇ ਹੋ ਜੀ। ਆਪਾਂ ਸਭ ਨੇ ਮਿਲ ਕੇ ਐਕਸਪਲੋਰ ਕਰ ਲਿਆ ਹੈ ਅਗਰਵਾਲ ਧਰਮਸ਼ਾਲਾ ਨੂੰ। ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਿਓ, ਵੀਡੀਓ ਲਾਈਕ ਤੇ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਜੀ। ਫਿਰ ਮਿਲਾਂਗੇ ਨਵੀਂ ਵੀਡੀਓ ਦੇ ਨਾਲ ਨਵੇਂ ਸਥਾਨ ਦੇ ਉੱਤੇ ਜੀ। ਤਦ ਤੱਕ ਲਈ ਜੀ, ਬਾਏ।